ਪੰਜਾਬ ਸਰਕਾਰ ਨੇ ਫੈਸਲਾ ਲਿਆ, ਕਾਫੀ ਚਿਰਾਂ ਤੋਂ ਚਰਚਾ ਸੀ ਕਿ ਲੋਕ ਬੜੇ ਖੱਜਲ ਹੋ ਰਹੇ ਆ, ਲੋਕਾਂ ਦੇ ਕੰਮ ਤੱਕ ਰੁਕੇ ਪਏ ਰਜਿਸਟਰੀਆਂ ਦੇ। ਹੁਣ NOC ਵਾਲੀ ਜਿਹੜੀ ਸ਼ਰਤ ਹੈ ਉਹਨੂੰ ਜ਼ਰੂਰੀ ਨਹੀਂ ਮੰਨਿਆ ਗਿਆ, ਕਹਿੰਦੇ ਕਿ ਆਮ ਲੋਕਾਂ ਦੀ ਸਲਾਹ ਵੀ ਲਈ ਹੈ ਅਤੇ ਧਿਆਨ 'ਚ ਵੀ ਰੱਖਿਆ ਗਿਆ, ਹੁਣ ਲੋੜ ਨਹੀਂ ਹੈ, ਹੁਣ ਸਾਰੇ ਜਿਹੜੇ ਆ ਉਹ ਰਜਿਸਟਰੀਆਂ ਕਰਵਾ ਸਕਦੇ ਆ। ਇਸ ਫੈਸਲੇ ਦੇ ਨਾਲ ਕਿੰਨਾ ਕੁ ਫਰਕ ਪੈਣਾ ਅਤੇ ਕਿਹੜੇ ਦਿਸ਼ਾ ਦੇ ਵਿੱਚ ਫਰਕ ਪਏਗਾ? ਦੇਖੋ, ਜਦੋਂ ਦੀ 22 ਮਹੀਨੇ ਦੀ ਸਰਕਾਰ ਆਈ ਸੀ ਰਜਿਸਟਰੀਆਂ ਘੱਟ ਗਈਆਂ ਸੀ, ਲੋਕ ਬੜੇ ਖੱਜਲ ਖਵਾ ਰਹੇ, ਲੋਕਾਂ ਨੂੰ ਪੈਸੇ ਦੇਣੇ ਪੈ ਰਹੇ ਸੀ, NOC ਵਾਸਤੇ ਪੈਸੇ ਦੇ ਰਹੇ ਨੇ, ਗਾਂ ਫਿਰ ਤਹਿਸੀਲਾਂ ਦੇ ਵਿੱਚ ਪੈਸੇ ਚੱਲਦੇ ਸੀ। ਡੇਰਾ ਬੱਸੀ ਅੱਜ ਮੁੱਖ ਮੰਤਰੀ ਸਾਹਿਬ ਗਏ ਨੇ, ਕਿਉਂਕਿ ਡੇਰਾ ਬੱਸੀ ਜਾਲੀ NOC ਬਣੀਆਂ ਸੀ ਅਤੇ ਜਾਲੀ NOC 'ਤੇ ਦੂਜਾ ਰਜਿਸਟਰੀਆਂ ਹੋਈਆਂ ਸੀ। ਹੁਣ ਜਿਹੜੇ ਬੰਦੇ ਨੇ ਲੋਨ ਲਿਆ ਸੀ ਉਹਨੂੰ ਕੀ ਪਤਾ ਸੀ ਕਿ ਸਰਕਾਰ ਨੇ NOC ਦੀ ਸ਼ਰਤ ਲਾ ਦੇਣੀ ਆ? ਉਹ ਲੋਨ ਬੰਦਿਆਂ ਦੇ ਕਈਆਂ ਨੂੰ ਵਾਪਸ ਕਰਨੇ ਪਏ ਨੇ, ਕਈਆਂ ਨੂੰ ਬਿਆਨੇ ਮਰ ਗਏ, ਕਈ ਫਿਰ ਰੀਅਲ ਸਟੇਟ ਦਾ ਕਾਰੋਬਾਰ ਬੰਦ ਹੋ ਗਿਆ। ਔਰ ਖਬਰਾਂ ਸੀ ਖਰੜ ਦੀਆਂ, ਡੇਰਾ ਬੱਸੀ ਦੀਆਂ, ਜੀਰਕਪੁਰ ਦੀਆਂ, ਔਰ ਪੂਰੇ ਪੰਜਾਬ 'ਚ ਇਹ ਹਾਲਾਤ ਸੀ। ਫਿਰ ਸਰਕਾਰ ਕਹਿੰਦੇ NOC ਲੈ ਕੇ ਆਓ, NOC ਵਾਸਤੇ ਤੁਹਾਨੂੰ ਨਕਸ਼ਾ ਚਾਹੀਦਾ। ਹੁਣ ਇਹ ਪਿੱਛੇ ਜੇ ਇੱਕ ਬੰਦਾ ਮਿਲਿਆ ਸਰਕਾਰ ਦੇ ਦਫ਼ਤਰ 'ਚ, ਉਹ ਕਹਿੰਦਾ ਕਿ ਜਦੋਂ ਅਸੀਂ ਜਗ੍ਹਾ ਲਈ ਸੀ ਉਦੋਂ ਉੱਥੇ ਕਮੇਟੀ ਹੁੰਦੀ ਨਹੀਂ ਸੀ, ਹੁਣ ਅਸੀਂ ਰਜਿਸਟਰੀ ਕਰਵਾਉਣੀ ਹੈਗੀ ਆ ਜੀ। ਉਹ ਕਹਿੰਦੇ NOC ਲੈ ਕੇ ਆਓ ਜੀ, ਘਰ ਦਾ ਨਕਸ਼ਾ ਲੈ ਕੇ ਆਓ। ਵੀ ਜਦ ਉੱਥੇ ਚੀਜ਼ਾਂ ਹੈ ਨਹੀਂ, ਉਹਦੇ ਨਾਲ ਸਰਕਾਰ ਦਾ ਵੀ ਖਜ਼ਾਨੇ 'ਤੇ ਘਟਿਆ, ਪਰ ਲੋਕਾਂ ਨੂੰ ਜੇਬ ਢਿੱਲੀ ਕਰਨੀ ਪਈ, ਕਿ ਫਿਰ ਉਹ ਅਫਸਰ ਦਫ਼ਤਰਾਂ ਦੇ ਵਿੱਚ ਰਿਸ਼ਵਤ ਵੱਧ ਗਈ। ਵੀ ਜੇ NOC ਨਹੀਂ ਲਿਆ ਗਿਆ ਅਸੀਂ ਬਣਾ ਦਿੰਦੇ, ਅਸੀਂ ਵਿਦਾਊਟ NOC ਰਜਿਸਟਰੀ ਕਰਦੇ, ਅਤੇ ਜਿਹੜਾ ਡੇਰਾ ਬੱਸੀ ਲੋਕਾਂ ਨੇ ਫਰਜ਼ੀ ਬਣਾ ਲਈਆਂ, ਉਹ ਫਰਜ਼ੀ ਕਿੰਨੇ ਬਣਾਈਆਂ ਹੋ ਗਈਆਂ, ਅੰਦਰ ਜਿਹੜੇ ਮੁਲਾਜ਼ਮ ਹੋਣਗੇ ਉਹਨਾਂ ਹੀ ਬਣਾਈਆਂ ਹੋਣਗੀਆਂ ਨੇ, ਉਹ ਸਰਕਾਰ ਦਾ ਨੁਕਸਾਨ ਹੀ, ਕਰਪਸ਼ਨ ਜ਼ਿਆਦਾ ਵੱਧ ਗਈ ਹੈਗੀ। ਇਹ ਲੋਕਾਂ ਦੀ, ਮੈਨੂੰ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਜਿਹੜਾ ਫੈਸਲਾ ਉਹ ਕਹਿ ਸਕਦੇ ਕਿ ਦੇਰ ਆਏ ਦਰੁਸਤ ਆਏ, ਲੋਕਾਂ ਦੀ ਖੱਜਲ ਖਵਾਰੀ ਰੁਕ ਗਈ। ਇੱਕ ਤਾਂ ਖੱਜਲ ਖਵਾਰੀ, ਇੱਕ ਲੋਕਾਂ ਦੀ ਪੈਸਾ ਬਚ ਗਿਆ, ਇੱਕ ਰਿਸ਼ਵਤ ਬਚ ਗਈ, ਕਿਉਂਕਿ ਲੋਕ ਧੱਕੇ ਖਾ ਰਹੇ ਸੀ, ਚਾਹੇ ਉਹ ਖਰੜ ਦੇ ਗੱਲ ਹੋਵੇ, ਚਾਹੇ ਜੀਰਕਪੁਰ, ਚਾਹੇ ਡੇਰਾ ਬੱਸੀ, ਚਾਹੇ ਇਹ ਜਿਹੜਾ ਮਾਜਰੀ ਬਲਾਕ ਆ, ਇਹ ਇੰਨੇ ਕੁ ਏਰੀਏ 'ਚ ਬਾਕੀ ਵੀ ਇਹੀ ਹਾਲ ਸੀ, ਕਿਉਂਕਿ ਇੱਥੇ ਜ਼ਿਆਦਾ ਫਲੈਟ ਨੇ। ਫਿਰ ਪੰਗਾ ਸੀ ਕਿ ਜੇ ਤੁਹਾਡਾ ਪਲਾਟ ਆ ਰਜਿਸਟਰੀ ਹੋ ਜਾਂਦੀ ਸੀ, ਜੇ ਫਲੈਟ ਆ ਤਾਂ ਨਹੀਂ ਹੁੰਦੀ ਸੀ ਰਜਿਸਟਰੀ। ਇਹ ਬੜਾ ਰੌਲਾ ਸੀ, ਔਰ ਇਸ ਕਰਕੇ ਜਿਹੜਾ ਅੱਜ ਨੇ ਸਰਕਾਰ ਆਪ ਕੇ ਦੁਆਰ ਪ੍ਰੋਗਰਾਮ ਸ਼ੁਰੂ ਕੀਤਾ, ਉਹਦੀ ਸ਼ੁਰੂਆਤ ਖੁਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕੀਤੀ, ਮੈਨੂੰ ਲੱਗਦਾ ਚੰਗਾ, ਲੋਕਾਂ ਦੀ ਖੱਜਲ ਖਵਾਰੀ ਨਹੀਂ ਹੋਣੀ ਚਾਹੀਦੀ। ਸਰਕਾਰ ਨੂੰ ਇਹ ਚਾਹੀਦਾ ਕਿ ਜੇ ਤੁਹਾਡੇ ਕੋਲ ਰੀਅਲ ਸਟੇਟ ਦਾ ਜਿਹੜਾ ਮਿਨਿਸਟਰ ਹੈਗਾ, ਜਾਂ SDM ਨੂੰ ਬੋਲੋ, ਜਾਂ ਤਹਿਸੀਲਾਂ ਦੇ ਵਿੱਚ ਬੋਲੋ, ਇੱਕ ਨਾ ਬੋਰਡ ਲੱਗ ਜਾਣੇ ਚਾਹੀਦੇ ਹੈਗੇ ਨੇ ਕਿ ਆਹ ਇਲਾਕੇ ਦੀਆਂ ਜਿਹੜੀਆਂ ਅਪਰੂਵਡ ਕਲੋਨੀਆਂ ਨੇ ਉਹਨਾਂ ਦਾ ਨਾਮ ਲੱਗ ਜੇ, ਆਹ ਜਿਹੜੀਆਂ ਇਲਾਕੇ ਦੀਆਂ ਅਨਅਪਰੂਵਡ ਕਲੋਨੀਆਂ ਨੇ, ਅਤੇ ਲੋਕਾਂ ਨੂੰ ਪਤਾ ਲੱਗ ਜੇ ਕਿ ਆਹ ਅਪਰੂਵਡ ਨੇ ਅਤੇ ਅਸੀਂ ਇਹਨਾਂ ਕੋਲ ਹੀ ਫਲੈਟ ਲੈਣਾ ਵਾ, ਇਹਨਾਂ ਕੋਲ ਪਲਾਟ ਲੈਣਾ, ਅਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਅਪਰੂਵਡ ਹੈ ਕਿ ਨਹੀਂ ਅਪਰੂਵਡ, ਮਨਜ਼ੂਰ ਹੈ ਸਰਕਾਰ ਦੀਆਂ ਕਿ ਨਹੀਂ ਮਨਜ਼ੂਰ। ਤਾਂ ਕਿਉਂਕਿ ਲੋਕ ਕੀ ਕਰਦੇ ਹੈਗੇ ਨੇ ਕਿ 5 ਏਕੜ ਜ਼ਮੀਨ ਲੈ ਲਈ ਹੈਗੀ, ਰਲ ਮਿਲ ਕੇ ਪਲਾਟ ਕੱਟੇ ਫਲੈਟ ਬਣਾ ਕੇ ਲੋਕ ਲੈ ਲੈਂਦੇ ਨੇ, ਬਾਅਦ 'ਚ ਗੈਰ ਕਾਨੂੰਨੀ ਜਿਹੜੀਆਂ ਕਲੋਨੀਆਂ ਨੇ ਖੁੰਭਾਂ ਵਾਂਗੂ ਉੱਗਦੀਆਂ। ਇਹ ਅਕਾਲੀਆਂ ਵੇਲੇ ਵੀ ਇੱਦਾਂ ਕੰਮ ਸੀ, ਕਾਂਗਰਸੀਆਂ ਵੇਲੇ ਵੀ ਅਤੇ ਇਹਨਾਂ ਵੇਲੇ ਵੀ ਇੱਦਾਂ ਕੀਆ, ਇਹ ਫਿਰ ਸਾਰੇ ਇਕੱਠੇ ਹੋ ਜਾਂਦੇ ਨੇ, ਫਿਰ ਸਰਕਾਰ ਦੀ ਜੇਬ ਗਰਮ ਕਰਦੇ ਨੇ, ਵੱਡੇ ਵੱਡੇ ਲੀਡਰਾਂ ਦੀ ਜੇਬ ਗਰਮ ਕਰਦੇ, ਉਹ ਪਾਸ ਹੋ ਜਾਂਦੀਆਂ ਹੈਗੀਆਂ, ਪਰ ਲੋਕ ਤਾਂ ਰੁਲ ਗਏ ਨਾ, ਲੋਕ ਤਾਂ ਖੱਜਲ ਖਵਾਰ ਹੋ ਗਏ। ਖੱਜਲ ਖਵਾਰੀ ਰੋਕਣ ਨੂੰ ਜਿਵੇਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕੰਮ ਕੀਤਾ ਨਾ, ਕਿ ਜਿਹੜੀਆਂ ਵੀ ਹੁਣ ਰਜਿਸਟਰੀਆਂ ਹੋਣਗੀਆਂ ਉਹਦੀ NOC ਦੀ ਨਹੀਂ ਜ਼ਰੂਰਤ ਹੈ, ਅਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜ਼ਿਆਦਾ ਰੀਅਲ ਸਟੇਟ ਦਾ ਕਾਰੋਬਾਰ ਆ, ਉਹ DC ਦਫ਼ਤਰਾਂ ਦੇ ਬਾਹਰ, ਉਹ ਤਹਿਸੀਲਾਂ ਦੇ ਬਾਹਰ, ਉਹ SDM ਦੇ ਦਫ਼ਤਰ ਦੇ ਬਾਹਰ, ਉਹ BDPO ਦੇ ਦਫ਼ਤਰ ਦੇ ਬਾਹਰ, ਔਰ ਬੈਂਕਾਂ ਵਾਲਿਆਂ ਨੂੰ ਵੀ ਕਹਿਣ, ਲੋਕ ਲੋਨ ਲੈਂਦੇ ਹੈਗੇ ਨਾ, ਚਾਹੇ ਪ੍ਰਾਈਵੇਟ ਬੈਂਕ ਆ ਚਾਹੇ ਸਰਕਾਰੀ ਆ, ਕਿ ਆਹ ਜਿਹੜੀਆਂ ਅਪਰੂਵਡ ਕਲੋਨੀਆਂ ਨੇ ਆਹ ਅਨਅਪਰੂਵਡ ਆ, ਅਤੇ ਲੋਕਾਂ ਦੀ ਖੱਜਲ ਖਵਾਰੀ ਬਿਲਕੁਲ ਹੀ ਬੰਦ ਹੋ ਜਾਊਗੀ।